ਸਤਿ ਸ਼੍ਰੀ ਅਕਾਲ ਫਰੈਂਡਸ। ਅੱਜ ਬਾਰਿਸ਼ ਹੋ ਰਹੀ ਹੈ ਥੋੜ੍ਹੀ ਥੋੜ੍ਹੀ, ਮੌਸਮ ਬਹੁਤ ਵਧੀਆ ਹੋਇਆ ਹੈ। ਦੇਖੋ ਕਿੰਨਾ ਸੋਹਣਾ ਮੌਸਮ ਹੈ। ਔਰ ਅੱਜ ਮੈਂ ਬਣਾਉਣ ਲੱਗੀ ਹਾਂ ਗੋਭੀ ਦੇ ਵਾਲੇ ਪਕੌੜੇ। ਔਰ ਗੋਭੀ ਵਾਲੇ ਪਕੌੜੇ ਬਣਾਉਣ ਲਈ ਮੈਂ ਆ ਗੋਭੀ ਧੋ ਕੇ ਔਰ ਇਸ ਨੂੰ ਕੱਟ ਚੁੱਕੀ ਹਾਂ। ਇਸ 'ਤੇ ਬਹੁਤ ਜ਼ਿਆਦਾ ਵੱਡੇ ਪੀਸ ਵੀ ਨਹੀਂ ਕੀਤੇ ਔਰ ਨਾ ਹੀ ਛੋਟੇ। ਔਰ ਅੱਜ ਮੈਂ ਅਲੱਗ ਹੀ ਟ੍ਰਿਕ ਨਾਲ ਮੈਂ ਤੁਹਾਨੂੰ ਅੱਜ ਗੋਭੀ ਵਾਲੇ ਪਕੌੜੇ ਬਣਾਉਣਾ ਦੱਸਾਂਗੀ। ਗੋਭੀ ਨੂੰ ਉਬਾਲ ਕੇ ਹੁਣ ਮੈਂ ਇੱਕ ਪੈਨ ਵਿੱਚ ਪਾਣੀ ਲਿਆਏ, ਇਸ ਨੂੰ ਮੈਂ ਗੈਸ 'ਤੇ ਚੜ੍ਹਾਇਆ ਹੋਇਆ। ਪਾਣੀ ਗਰਮ ਹੋ ਰਿਹਾ ਹੈ ਔਰ ਪਾਣੀ ਜਦੋਂ ਥੋੜ੍ਹਾ ਜਿਹਾ ਗਰਮ ਹੋ ਜਾਏਗਾ, ਦੇਖੋ ਫਰੈਂਡਸ ਪਾਣੀ ਥੋੜ੍ਹਾ ਜਿਹਾ ਗਰਮ ਹੋ ਚੁੱਕਿਆ, ਹੁਣ ਮੈਂ ਇਸ ਦੇ ਵਿੱਚ ਗੋਭੀ ਪਾ ਦੇਵਾਂਗੀ। ਗੋਭੀ ਪਾਉਣ ਤੋਂ ਬਾਅਦ ਇਸ ਦੇ ਵਿੱਚ ਮੈਂ ਥੋੜ੍ਹਾ ਜਿਹਾ ਨਮਕ ਪਾ ਦੇਵਾਂਗੀ। ਗੋਭੀ ਮੈਂ ਇਸ ਦੇ ਵਿੱਚ ਪਾ ਦਿੱਤੀ ਹੈ। ਗੋਭੀ ਹੁਣ ਉਬਲ ਰਹੀ ਹੈ ਔਰ ਇੰਨੀ ਕੋਈ ਬਹੁਤ ਜ਼ਿਆਦਾ ਨਹੀਂ ਉਬਾਲਣੀ, ਥੋੜ੍ਹਾ ਜਿਹਾ ਉਬਾਲ ਆਉਣ ਲੱਗੇ ਅਤੇ ਉਦੋਂ ਗੋਭੀ ਨੂੰ ਅਲੱਗ ਪਾਣੀ ਤੋਂ ਅਲੱਗ ਕਰ ਲਵਾਂਗੇ, ਇੱਕ ਬਾਊਲ ਵਿੱਚ ਕੱਢ ਲਵਾਂਗੇ। ਔਰ ਕੋਲ ਮੈਂ ਚਾਹ ਰੱਖੀ ਹੋਈ ਹੈ, ਚਾਹ ਬਣਾ ਰਹੀ ਹਾਂ ਮੈਂ, ਕੋਲ ਪਾਣੀ ਰਿੱਝਣ ਲੱਗ ਗਿਆ ਚਾਹ ਦਾ। ਇਸ ਦੇ ਵਿੱਚ ਮੈਂ ਪੱਤੀ ਚੀਨੀ ਪਾ ਦੇਵਾਂਗੀ। ਆ ਚਾਹ ਪੱਤੀ ਦੇ ਵਿੱਚ ਮੇਰਾ ਸਾਰੇ ਮਸਾਲੇ ਮਿਕਸ ਕੀਤੇ ਹੋਏ ਨੇ, ਇਲਾਇਚੀ ਲੌਂਗ ਵਗੈਰਾ। ਔਰ ਇਸ ਦੇ ਵਿੱਚ ਹੁਣ ਚੀਨੀ ਪਾਵਾਂਗੀ ਮੈਂ ਔਰ ਇਸਨੂੰ ਰਿੱਝਣ ਦੇਵਾਂਗੇ। ਔਰ ਕੋਲ ਆਪਾਂ ਬੈਟਰ ਤਿਆਰ ਕਰ ਲਵਾਂਗੇ ਪਕੌੜਿਆਂ ਲਈ। ਬੈਟਰ ਲਈ ਮੈਂ ਲੈ ਰਹੀ ਹਾਂ ਬੇਸਣ, ਇੱਕ ਕਟੋਰੀ ਬੇਸਣ ਹੈ। ਔਰ ਆਹ ਮੈਂ ਗ੍ਰੀਨ ਚਟਨੀ ਤਿਆਰ ਕੀਤੀ ਹੋਈ ਹੈ, ਇਸ ਦੇ ਵਿੱਚ ਥੋੜ੍ਹਾ ਜਿਹਾ ਲਸਣ, ਥੋੜ੍ਹਾ ਜਿਹਾ ਅਦਰਕ, ਹਰੀਆਂ ਮਿਰਚਾਂ, ਧਨੀਆ, ਇਹ ਸਮਾਨ ਪਾਇਆ ਹੋਇਆ ਮੈਂ। ਇਹ ਮੈਂ ਯੂਜ਼ ਕਰਾਂਗੀ ਬੈਟਰ ਦੇ ਵਿੱਚ ਥੋੜ੍ਹਾ ਜਿਹਾ, ਕਿਉਂਕਿ ਸਪਾਈਸੀ ਪਕੌੜੇ ਬਣਾਉਣੇ ਨੇ ਔਰ ਚਟਨੀ ਵੀ ਬਹੁਤ ਸਪਾਈਸੀ ਬਣੀ ਹੋਈ ਹੈ। ਔਰ ਮੈਂ ਇਸ ਦੇ ਵਿੱਚ ਯੂਜ਼ ਕਰਾਂਗੀ ਬੈਟਰ ਦੇ ਵਿੱਚ ਇਹ ਚਟਨੀ। ਔਰ ਹੁਣ ਮੈਂ ਪਾਵਾਂਗੀ ਥੋੜ੍ਹੀ ਜਿਹੀ ਹਲਦੀ। ਹਲਦੀ ਆਪਸ਼ਨਲ ਹੈ, ਤੁਸੀਂ ਪਾਉਣਾ ਚਾਹੋ ਪਾ ਸਕਦੇ ਹੋ, ਅਗਰ ਨਹੀਂ ਪਾਉਣਾ ਚਾਹੁੰਦੇ ਨਾ ਵੀ ਪਾਓ, ਕੋਈ ਗੱਲ ਨਹੀਂ। ਔਰ ਸਵਾਦ ਦੇ ਅਕੋਰਡਿੰਗ ਨਮਕ ਲਵਾਂਗੇ ਆਪਾਂ, ਇੱਕਦਮ ਸਪਾਈਸੀ ਪਕੌੜੇ ਬਣਾਉਣ ਲੱਗੀ ਹਾਂ ਮੈਂ ਅੱਜ। ਔਰ ਇਸ ਤੋਂ ਬਾਅਦ ਇਸ ਦੇ ਵਿੱਚ ਮੈਂ ਪਾਵਾਂਗੀ ਆਪਣਾ ਘਰ ਦਾ ਪੀਸਿਆ ਹੋਇਆ ਮਸਾਲਾ ਔਰ ਮੈਂ ਥੋੜ੍ਹਾ ਜਿਹਾ ਇਹਦੇ ਵਿੱਚ ਪਾਵਾਂਗੀ ਅਜਵਾਇਨ ਪਾਵਾਂਗੀ ਇਸ ਦੇ ਵਿੱਚ ਥੋੜ੍ਹੀ ਜਿਹੀ। ਔਰ ਥੋੜ੍ਹਾ ਜਿਹਾ ਮੈਂ ਲਵਾਂਗੀ MDH ਗਰਮ ਮਸਾਲਾ ਔਰ ਇਸਨੂੰ ਮਿਕਸ ਕਰਾਂਗੇ। ਔਰ ਇਸ ਦੇ ਵਿੱਚ ਹੁਣ ਮੈਂ ਚਟਨੀ ਪਾਵਾਂਗੀ ਜਿਹੜੀ ਮੈਂ ਬਣਾ ਕੇ ਰੱਖੀ ਹੋਈ ਸੀ। ਥੋੜ੍ਹੀ ਚਟਨੀ ਲਵਾਂਗੀ ਔਰ ਇਸਨੂੰ ਮਿਕਸ ਕਰਾਂਗੇ। ਇੱਕ ਵਧੀਆ ਜਿਹਾ ਬੈਟਰ ਤਿਆਰ ਕਰ ਲਵਾਂਗੀ ਮੈਂ, ਪਾਣੀ ਮਿਲਾ ਕੇ ਇਸ ਦੇ ਵਿੱਚ। ਬਹੁਤ ਮਤਲਬ ਬਹੁਤ ਜ਼ਿਆਦਾ ਪਤਲਾ ਨਹੀਂ ਆਪਾਂ ਬੈਟਰ ਤਿਆਰ ਕਰਨਾ ਔਰ ਨਾ ਹੀ ਜ਼ਿਆਦਾ ਸਖਤ, ਸੋ ਹੋਵੇ, ਸਹੀ ਸਹੀ ਬੈਟਰ ਤਿਆਰ ਕਰਨਾ ਆਪਾਂ। ਦੇਖੋ ਫਰੈਂਡਸ ਆਪਣਾ ਬੈਟਰ ਤਿਆਰ ਹੈ, ਇਸ ਦੇ ਵਿੱਚ ਕੋਈ ਗੁਠਲੀ ਨਹੀਂ, ਇੱਕਦਮ ਗੁਠਲੀ ਨਹੀਂ ਰੱਖਣੀ, ਬਿਲਕੁਲ ਵਧੀਆ ਕਰਕੇ ਆਪਾਂ ਇਹ ਬੈਟਰ ਤਿਆਰ ਕਰ ਚੁੱਕੇ ਹਾਂ। ਹੁਣ ਉੱਧਰ ਮੇਰੀ ਚਾਹ ਵੀ ਰਿੱਝਣ ਲੱਗ ਗਈ ਹੈ ਔਰ ਚਾਹ ਦੇ ਵਿੱਚ ਮੈਂ ਦੁੱਧ ਪਾ ਦੇਵਾਂਗੀ। Mm-hmm.
ਔਰ ਹੁਣ ਚਾਹ ਨੂੰ ਉਬਾਲ ਆ ਰਿਹਾ ਹੈ, 5-6 ਉਬਾਲ ਦਵਾਵਾਂਗੀ ਮੈਂ ਇਸਨੂੰ। ਮੈਂ ਲੋ ਫਲੇਮ 'ਤੇ ਥੋੜ੍ਹੀ ਦੇਰ ਇਹਨੂੰ ਰਿੱਝਣ ਦੇਵਾਂਗੀ ਔਰ ਫਿਰ ਉਤਾਰ ਕੇ ਇੱਕ ਸਾਈਡ 'ਤੇ ਰੱਖ ਦੇਵਾਂਗੀ ਔਰ ਆਪਾਂ ਪਕੌੜੇ ਬਣਾਉਣੇ ਸ਼ੁਰੂ ਕਰਾਂਗੇ। ਹੁਣ ਮੈਂ ਕੜਾਹੀ ਵਿੱਚ ਤੇਲ ਪਾ ਰਹੀ ਹਾਂ ਔਰ ਤੇਲ ਨੂੰ ਆਪਾਂ ਗਰਮ ਹੋਣ ਦੇਵਾਂਗੇ। ਹੁਣ ਤੇਲ ਗਰਮ ਹੋ ਚੁੱਕਿਆ ਔਰ ਉਸਦੇ ਵਿੱਚ ਮੈਂ ਥੋੜ੍ਹਾ ਜਿਹਾ ਬੈਟਰ ਸਿੱਟ ਕੇ ਵੇਖਦੀ ਹਾਂ ਬਈ ਲਸਣ ਦਾ ਕੀ ਤਿਆਰ ਹੈ ਤੇਲ ਆਪਣੇ ਪਕੌੜੇ ਕੱਢਣ ਲਈ। ਤੇਲ ਗਰਮ ਹੋ ਚੁੱਕਿਆ ਹੈ। ਹੁਣ ਆਪਾਂ ਇਸ ਢੰਗ ਨਾਲ ਬਣਾਵਾਂਗੇ। ਜਿਹੜੀ ਮੈਂ ਚਟਨੀ ਲਈ ਸੀ ਮੈਂ ਉਹਦੇ ਵਿੱਚ ਡਿਪ ਕਰਾਂਗੀ ਪਹਿਲਾਂ ਗੋਭੀ ਨੂੰ ਔਰ ਉਸ ਤੋਂ ਬਾਅਦ ਆਪਾਂ ਬੇਸਣ ਲਾ ਕੇ ਔਰ ਤੇਲ ਦੇ ਵਿੱਚ ਪਾਈ ਆਵਾਂਗੇ। ਇਸੇ ਤਰ੍ਹਾਂ ਹੀ ਆਪਾਂ ਸਾਰੇ ਪਕੌੜੇ ਪਹਿਲਾਂ ਚਟਨੀ ਵਿੱਚ ਡਿਪ ਕਰਕੇ ਫਿਰ ਆਪਾਂ ਬੇਸਣ ਵਿੱਚ ਪਾ ਕੇ ਔਰ ਤੇਲ ਦੇ ਵਿੱਚ ਪਾਉਣੇ ਨੇ। ਇਹਦੇ ਨਾਲ ਆਪਣੇ ਪਕੌੜੇ ਜਿਹੜੇ ਬਹੁਤ ਸਪਾਈਸੀ ਬਣਨਗੇ ਔਰ ਟੇਸਟੀ ਵੀ ਬਹੁਤ ਜ਼ਿਆਦਾ ਬਣਨਗੇ। ਹੁਣ ਆਪਾਂ ਹਲਕੇ ਹੱਥਾਂ ਨਾਲ ਕੜਛੀ ਨਾਲ ਇਸਨੂੰ ਚਲਾਵਾਂਗੇ ਥੋੜ੍ਹਾ ਥੋੜ੍ਹਾ ਔਰ ਦੇਖੋ ਆਪਣਾ ਇੱਕ ਪਕੌੜਾ ਬਣ ਕੇ ਤਿਆਰ ਹੈ। ਇਸਨੂੰ ਮੈਂ ਕੱਢ ਲਵਾਂਗੀ। ਪਕੌੜੇ ਆਪਣੇ ਤਿਆਰ ਨੇ। ਹੁਣ ਇਸਨੂੰ ਮੈਂ ਇਹਨਾਂ ਨੂੰ ਮੈਂ ਕੱਢ ਲਵਾਂਗੀ ਪਲੇਟ ਵਿੱਚ ਅਲੱਗ ਕੱਢ ਲਵਾਂਗੀ ਇਹਨਾਂ ਨੂੰ ਮੈਂ। ਚੰਗੀ ਤਰ੍ਹਾਂ ਤੇਲ ਨਹੀਂ ਵਿੱਚ ਰਹਿਣ ਦੇਣਾ ਮਾਮਾ। ਇਹਨਾਂ ਨੂੰ ਮੈਂ ਕੱਢ ਚੁੱਕੀ ਹਾਂ ਔਰ ਮੈਂ ਹੋਰ ਪਕੌੜੇ ਉਸੇ ਪ੍ਰੋਸੈਸਿੰਗ ਨਾਲ ਹੋਰ ਪਕੌੜੇ ਇਸ ਦੇ ਵਿੱਚ ਪਾਵਾਂਗੀ। ਚਟਨੀ ਆਪਸ਼ਨਲ ਹੈ, ਅਗਰ ਤੁਸੀਂ ਨਹੀਂ ਤਿੱਖਾ ਖਾਣਾ ਪਸੰਦ ਕਰਦੇ ਤੁਸੀਂ ਨਹੀਂ ਵੀ ਯੂਜ਼ ਕਰ ਸਕਦੇ, ਸਿੰਪਲ ਢੰਗ ਨਾਲ ਵੀ ਬਣਾ ਸਕਦੇ ਹੋ। ਇੱਕਦਮ ਹਲਵਾਈ ਦੇ ਸਟਾਈਲ ਵਿੱਚ ਇਹ ਪਕੌੜੇ ਨੇ ਕਿਉਂਕਿ ਹਲਵਾਈ ਵੀ ਇੱਦਾਂ ਹੀ ਕਰਦੇ ਨੇ, ਪਹਿਲਾਂ ਉਬਾਲ ਕੇ ਔਰ ਫਿਰ ਉਹ ਬਣਾਉਂਦੇ ਹੁੰਦੇ ਨੇ ਪਕੌੜੇ, ਤਾਂ ਕਿ ਆਪਣੇ ਜਿਹੜੀ ਗੋਭੀ ਹੁੰਦੀ ਹੈ ਅੰਦਰੋਂ ਕੱਚੀ ਨਹੀਂ ਰਹਿੰਦੀ ਔਰ ਨਮਕ ਪਾਇਆ ਹੁੰਦਾ ਉਹਦੇ ਵਿੱਚ ਔਰ ਗੋਭੀ ਦੇ ਅੰਦਰ ਤੱਕ ਨਮਕ ਚਲਿਆ ਜਾਂਦਾ ਜਦੋਂ ਆਪਾਂ ਪਾਣੀ ਵਿੱਚ ਗੋਭੀ ਨੂੰ ਉਬਾਲਦੇ ਹਾਂ। ਔਰ ਗੋਭੀ ਨੂੰ ਬਹੁਤ ਜ਼ਿਆਦਾ ਵੀ ਨਹੀਂ ਉਬਾਲਣਾ, 4-5 ਮਿੰਟ ਲਈ ਸਿਰਫ, ਥੋੜ੍ਹਾ ਜਿਹਾ ਜਦੋਂ ਉਬਾਲ ਆਉਣ ਲੱਗ ਜਾਏ ਉਦੋਂ ਹੀ ਕੱਢ ਲਵੋ, ਅਗਰ ਜ਼ਿਆਦਾ ਉਬਾਲਾਂਗੇ ਗੋਭੀ ਬਿਲਕੁਲ ਗਲ ਜਾਏਗੀ।
ਚਾਹ ਪਕੌੜੇ ਤਿਆਰ ਨੇ ਔਰ ਇਹਨਾਂ ਨੂੰ ਮੈਂ ਕੱਢ ਲਵਾਂਗੀ ਔਰ ਸਰਵ ਕਰਨ ਲੱਗਿਆ ਤੁਸੀਂ ਉੱਤੇ ਮਸਾਲਾ ਪਾ ਕੇ ਚਾਟ ਮਸਾਲਾ ਪਾ ਕੇ ਔਰ ਕੈਚਅਪ ਜਾਂ ਟਮੈਟੋ ਸੌਸ ਨਾਲ ਖਾ ਸਕਦੇ ਹਾਂ ਨਾਲ ਗ੍ਰੀਨ ਚਟਨੀ ਵੀ ਲੈ ਸਕਦੇ ਹਾਂ ਦੇਖੋ ਫਰੈਂਡਸ ਮੇਰੇ ਪਕੌੜੇ ਬਣ ਕੇ ਤਿਆਰ ਨੇ ਮੈਂ ਕੁਛ ਬ੍ਰੈਡ ਵਾਲੇ ਪਕੌੜੇ ਵੀ ਬਣਾਏ ਸੀ ਔਰ ਜਿਨ੍ਹਾਂ ਦੀ ਮੈਂ ਰੈਸਿਪੀ ਨਹੀਂ ਸੀ ਵੀਡੀਓ ਨਹੀਂ ਸੀ ਬਣਾਈ ਔਰ ਦੇਖੋ ਬਹੁਤ ਹੀ ਸੌਫਟ ਬਣੇ ਨੇ ਔਰ ਫਰੈਂਡਸ ਅਗਰ ਤੁਸੀਂ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਲਾਈਕ ਕਰੋ ਸ਼ੇਅਰ ਕਰੋ ਔਰ ਕਮੈਂਟ ਕਰਕੇ ਮੈਨੂੰ ਦੱਸੋ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਔਰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਨਾ ਥੈਂਕ ਯੂ ਮਿਲਦੇ ਹਾਂ ਆਪਾਂ ਨੈਕਸਟ ਵੀਡੀਓ ਦੇ ਵਿੱਚ